ਮੈਨੂੰ ਤਕਰੀਬਨ 2.5 ਮਹੀਨੇ ਹੋ ਗਏ ਯਾਤਰਾ ਕੱਢਦੇ ਪੰਜਾਬ ਦੇ। ਤਕਰੀਬਨ ਮੈਂ 85 ਹਲਕਿਆਂ 'ਚ ਮੈਂ ਜਾ ਕੇ ਆਇਆ ਅਤੇ ਬਾਕੀ ਜਗ੍ਹਾ 'ਤੇ ਅਸੀਂ ਰੈਲੀਆਂ ਥਰੂ ਕੰਮ ਕਰ ਰਹੇ ਹਾਂ। ਇਕੱਲੇ ਲੜ ਰਹੇ ਹਾਂ, ਪਹਿਲੀ ਵਾਰ ਇਕੱਲੇ ਲੜ ਰਹੇ ਹਾਂ। ਐਂ ਤੁਸੀਂ ਦੇਖੋ, ਇਕੱਲੇ ਸਾਰੇ ਧਰਮਾਂ ਦੇ ਲੋਕ ਅਕਾਲੀ ਦਲ ਨਾਲ ਜੁੜ ਗਏ ਹੈ, ਕਿਉਂਕਿ ਅਕਾਲੀ ਦਲ ਦੀ ਜਿਹੜੀ ਸੋਚ ਹੈ ਉਹ ਯੂਨਿਟੀ ਦੀ ਸੋਚ ਹੈ, ਸਰਬੱਤ ਦੇ ਭਲੇ ਦੀ ਸੋਚ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਸੋਚ ਹੈ, ਸਾਰਿਆਂ ਨੂੰ ਇਕੱਠੇ ਲਿਜਾ ਕੇ ਪੰਜਾਬ ਨੂੰ ਤਰੱਕੀ ਕਰਾਉਣ ਵਾਲੀ ਸੋਚ ਹੈ। ਸੋ ਆਹ ਜਿਹੜੀਆਂ ਚੀਜ਼ਾਂ ਹੈ, ਆ ਜਨਰਲ ਮੈਂ ਪਿਛਲੇ 2.5 ਮਹੀਨਿਆਂ 'ਚੋਂ ਮੈਂ ਗੈਦਰ ਕੀਤਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਪੂਰੇ ਜੋਸ਼ 'ਚ ਹੈ। ਤੁਸੀਂ ਦੇਖੋ, ਇੰਨੀ ਗਰਮੀ 'ਚ ਵੀ ਰੋਡ ਸ਼ੋਅ ਵਿੱਚ ਸਕੂਟਰਾਂ 'ਤੇ, ਮੋਟਰਸਾਈਕਲਾਂ 'ਤੇ, ਟਰੈਕਟਰਾਂ 'ਤੇ। ਅੱਛਾ, ਬਠਿੰਡਾ 'ਚ ਮੁਕਾਬਲਾ ਕਿੰਨਾ ਦੇਖ ਰਹੇ ਹੋ ਹਰਸਿਮਰਤ? ਸੀ ਸੈਕਿੰਡ ਥਰਡ 'ਤੇ ਤਾਂ ਕਾਫੀ ਦੂਰ ਕੰਮ ਹੈ। ਕਿੰਨੀ ਤੁਸੀਂ ਐਸਟੀਮੇਟ? ਮੈਨੂੰ ਲੱਗਦਾ ਅਪਰੋਕਸੀਮੇਟਲੀ ਮੇਰ ਕਨ 1.5 ਤੋਂ 2 ਦੇ ਨੇੜੇ ਜਾ ਸਕਦਾ। ਬੋਲਾ, ਐਕਤੀ ਬੜੇ ਸੌਖੇ ਹੈ, ਕਿਉਂਕਿ ਐਕਤੀ ਮੈਂ ਗੱਡੀ ਜਾਣਾ, ਆਪਣੇ ਆਪ ਹੱਥ ਕੱਢ ਕੇ ਵੇਵ ਕਰਨਗੇ, ਜਿੱਥੇ ਰੋਕ ਲਿਆ ਫੋਟੋ ਆ ਕੇ ਲੈਣਗੇ। ਜਿਹੜਾ ਪਹਿਲੇ ਪਤਾ ਨਹੀਂ ਲੱਗਦਾ ਹੁੰਦਾ ਸੀ, ਐਕਤੀ ਇਮੋਸ਼ਨਲੀ ਅਟੈਚਡ ਦੇਖੇ ਮੈਂ ਲੋਕ ਅਕਾਲੀ ਦਲਾਂ। ਜਿਹੜਾ ਪੰਜਾਬ ਦਾ ਦੇਸ਼ ਦਾ ਸਿਨੇਰੀਓ ਲੱਗ ਰਿਹਾ, ਇੱਕ ਤਾਂ ਮੈਂ ਕਲੀਅਰ ਕੱਟ ਦੇਖ ਰਿਹਾ ਕਿ BJP ਦੀ ਸਰਕਾਰ ਨਹੀਂ ਬਣਦੀ, ਇੱਕ ਜਿਹੜਾ ਮੈਸੇਜ ਕਲੀਅਰ ਹੈ। ਨੌਰਥ ਇੰਡੀਆ 'ਚ ਬਹੁਤ ਸਟੇਟਾਂ ਹੈ ਜਿੱਥੇ 100% ਰਿਜ਼ਲਟ ਸੀ, ਜਿੱਥੇ 100% ਰਿਜ਼ਲਟ ਹੈ, ਕਿਤੇ 80% ਰਹਿ ਗਿਆ, ਕਿਤੇ 60 ਰਹਿ ਗਿਆ, ਕਿਤੇ 50 ਵੀ ਰਹਿ ਗਿਆ। ਸੋ ਜਿੱਥੇ ਨੌਰਥ ਇੰਡੀਆ ਜਿੱਥੇ ਉਹਨਾਂ ਦਾ ਗੜ੍ਹ ਸੀ, ਸਾਊਥ ਇੰਡੀਆ 'ਚ ਐਨੀਵੇ ਉਹਨਾਂ ਦਾ ਕੋਈ ਹੈ ਨਹੀਂ। ਸੋ ਜਿੱਥੇ ਉਹਨਾਂ ਦਾ ਗੜ੍ਹ ਸੀ, ਮਹਾਰਾਸ਼ਟਰਾ 'ਚ ਕੰਪਲੀਟਲੀ ਕ੍ਰੈਸ਼, ਵਾਈਪਡ ਆਊਟ ਮਹਾਰਾਸ਼ਟਰਾ ਵੀ, ਬਿਹਾਰ 'ਚ ਵੀ ਮੈਸਿਵ ਓਪੋਜੀਸ਼ਨ ਵੇਵ ਜਿਹੜੀ ਇੰਡੀਆ ਦੀ ਵੇਵ ਜਾਂਦੀ ਹੈ, ਉਵੇਂ ਦਿੱਲੀ ਹੈ, ਉਵੇਂ ਹਰਿਆਣਾ ਤੁਹਾਡੇ ਨਾਲ ਗੁਆਂਢ 'ਚ ਹੈ। ਰਾਜਸਥਾਨ 'ਚ ਮੈਨੂੰ ਕੋਈ BJP ਦਾ ਕੋਈ ਆਇਆ ਸੀ ਬੰਦਾ, ਅਸੀਂ ਬੈਠੇ ਕਿਤੇ ਗੱਲਾਂ ਕਰ ਰਹੇ ਸੀ, ਉਹ ਕਹਿੰਦਾ ਜੀ ਉਹ ਆਪ ਮੰਨੀ ਜਾਂਦੇ ਕਿ 15 ਕੌਣਗੀਆਂ ਸਾਨੂੰ, 25 ਚੋਂ 15। ਸੋ ਐਂ ਦੱਸ ਦੱਸ ਇੱਕ ਇੱਕ ਸੂਬੇ 'ਚੋਂ ਡਿੱਗਣ ਲੱਗ ਜਾਣ, ਕਿੱਥੇ ਸਰਕਾਰ ਬਣੂਗੀ। ਐਂ ਸਭ ਤੋਂ ਵੱਡੀ ਪੈਨਿਕ ਦੀ ਗੱਲ ਹੈ, ਪ੍ਰਧਾਨ ਮੰਤਰੀ ਦੇ ਭਾਸ਼ਣਾਂ ਤੋਂ ਪਤਾ ਲੱਗ ਜਾਂਦਾ ਕਿ ਸਰਕਾਰ ਨਹੀਂ ਬਣ ਰਹੀ, ਜਿਹੜਾ ਉਹ ਇੱਕਦਮ ਅਟੈਕ ਇੱਕ ਕਮਿਊਨਿਟੀ 'ਤੇ ਲੱਗ ਗਏ ਹੈ ਅਤੇ ਕਹਿਣ ਲੱਗੇ ਮੰਦਰ ਸੂਤਰ ਖੋਲ੍ਹ ਲੈਣਗੇ। ਯਾਰ 70 ਸਾਲ ਤਾਂ ਖੋਏ ਨਹੀਂ, ਹੁਣ ਕਿੱਥੇ ਖੋਲ੍ਹ ਲੈਣਗੇ? ਹੈਂ ਕਾਂਗਰਸ ਨਹੀਂ, ਮੈਂ ਖਾਲੀ ਹਲਕੇ ਦੀ ਤੇ ਆਪਣੀ ਸੇਵਾ ਕਰਨ ਦਾ ਮੌਕਾ ਦਿੱਤਾ। ਜਦੋਂ ਆਪਣੀ ਸਰਕਾਰ ਸੀ, ਤਨਦੇਹੀ ਦੇ ਨਾਲ ਹਰ ਪਿੰਡ 'ਚ, ਹਰ ਵਾਰਡ 'ਚ ਕਈ ਗੇੜੇ ਲਾ ਕੇ, ਕਰੋੜਾਂ ਦੀ ਗ੍ਰਾਂਟਾਂ ਦੇ ਕੇ, ਲੋਕਾਂ ਦੀ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਜਿਵੇਂ ਜਿਵੇਂ ਲੋਕ ਦੱਸਦੇ ਸੀ, ਉਸ ਤਰ੍ਹਾਂ ਉਹਨਾਂ ਦੇ ਵਿੱਚ ਬੈਠ ਕੇ ਉਹਨਾਂ ਤਕਲੀਫਾਂ ਨੂੰ ਦੂਰ ਕਰਨ ਵਾਸਤੇ ਕੋਸ਼ਿਸ਼ ਕੀਤੀ।